ਪਿਛਲੇ ਕਈ ਦਿਨ ਤੋਂ ਤੁਸੀਂ ਸਾਰਾ ਦੇਖਿਆ ਹੀ ਆ ਵੀ ਕੀ ਘਟਨਾਕ੍ਰਮ ਚੱਲ ਰਿਹਾ। ਤੇ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਦੱਸਣੀ ਚਾਹੂੰਗਾ ਕਿ ਮੈਂ ਪਾਰਟੀ ਛੱਡੀ ਨਹੀਂ, ਮੈਨੂੰ ਬਹੁਤ ਤੰਗ ਪਰੇਸ਼ਾਨ ਕਰਕੇ ਇਸ ਪਾਰਟੀ ਚੋਂ ਕੱਢਿਆ ਗਿਆ। ਜਿਹੜੇ ਬੱਚੇ ਨੇ, ਨੌਜਵਾਨ ਨੇ, ਯੂਨੀਵਰਸਿਟੀ ਆਪਦੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਆਪਦਾ ਰਾਜਨੀਤਿਕ ਤੌਰ ਤੇ ਇੱਕ ਪਾਰਟੀ ਨੂੰ ਜੁਆਇਨ ਕਰਿਆ ਹੋਵੇ, ਤੇ ਅੱਜ ਤੁਹਾਨੂੰ ਪਤਾ ਮੇਰੀ ਉਮਰ ਕਿੰਨੀ ਆ, ਤੇ ਆਪਦੀ ਜ਼ਿੰਦਗੀ ਦੇ ਅਹਿਮ ਕੀਮਤੀ 17-18 ਸਾਲ ਇੱਕ ਆਰਗਨਾਈਜੇਸ਼ਨ ਨੂੰ ਦਿੱਤੇ ਹੋਣ, ਉਹ ਜਦੋਂ ਪਾਰਟੀ ਛੱਡਦਾ ਜਾਂ ਤਾਂ ਉਹਨੂੰ ਪਤਾ, ਜਾਂ ਉਹਦੇ ਘਰਦਿਆਂ ਨੂੰ ਪਤਾ, ਜਾਂ ਉਹਦੇ ਆਲੇ ਦੁਆਲੇ ਸਾਕ ਸੰਬੰਧੀਆਂ ਨੂੰ ਪਤਾ, ਇਹ ਡਿਸੀਜਨ ਮੇਰੇ ਲਈ ਕਿੰਨਾ ਔਖਾ ਸੀ। ਦੂਜੀ ਗੱਲ, ਮੈਂ ਛੱਡੀ ਕਿਉਂ? ਇਹ ਕਹਿੰਦੇ ਨੇ ਟਿਕਟ ਪਿੱਛੇ, ਟਿਕਟ ਤੱਕ ਮਸਲੇ ਖਤਮ ਹੋ ਗਿਆ ਸੀ ਜਦੋਂ ਮੈਂ ਖਹਿਰਾ ਸਾਹਿਬ ਨੂੰ ਘਰੇ ਬੁਲਾ ਲਿਆ ਸੀ, ਉਹਨਾਂ ਦੀ ਆਗਾਜ਼ ਕਰਤਾ ਸੀ ਚੋਣ ਦਾ। ਪਰ ਉਸ ਤੋਂ ਬਾਅਦ ਆਪਾਂ ਸੰਗਰੂਰ ਜ਼ਿਲ੍ਹੇ ਵਾਲੇ ਨੇਮ ਧਰਮ ਤੇ ਯਕੀਨ ਕਰਦੇ ਹਾਂ, ਖਹਿਰੇ ਤੋਂ ਨੇਮ ਕਰਵਾਓ ਵੀ ਮੈਂ ਜ਼ਿਲ੍ਹਾ ਪ੍ਰਧਾਨ ਸੀ ਪੰਜ ਹਲਕਿਆਂ ਦਾ, ਕਿਸੇ ਇੱਕ ਹਲਕੇ ਦੇ ਵਿੱਚ ਵੀ ਇਹਨੇ ਮੈਨੂੰ ਕਾਲ ਕਰੀ ਹੋਵੇ ਵੀ ਅੱਜ ਆ ਜਾਓ ਪ੍ਰੋਗਰਾਮ ਤੇ। ਉੱਥੇ ਦੇ ਜਿਹੜੇ ਹਲਕੇ ਵਾਲੇ ਸੀ ਉਹੀ ਮੈਨੂੰ ਸਿਰਫ ਕਾਲ ਕਰਦੇ ਸੀ, ਇਹਨੇ ਬਿਲਕੁਲ ਕੋਈ ਜ਼ਿੰਮੇਵਾਰੀ ਨਹੀਂ ਸਮਝੀ। ਜਿਹੜੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹ ਅੱਜ ਕਹਿ ਰਿਹਾ ਨਾ, ਇੱਕ ਇੱਕ ਬੂਥ ਤੇ ਜਾ ਕੇ ਅਸੀਂ ਨੇ ਟੀਮ ਜੋੜੀ, ਪੂਰਾ ਜ਼ਿਲ੍ਹਾ ਚਲਾਇਆ, ਸਭ ਤੋਂ ਵੱਡੀ ਬਾਡੀ ਬਣਾਈ ਜ਼ਿਲ੍ਹੇ ਦੀ, 2 ਸਾਲ ਇਹ ਮਿਹਨਤ ਕਰੀ ਬੜੇ ਵਧੀਆ ਤਰੀਕੇ ਨਾਲ, ਠੀਕ ਹੈ। ਤੇ ਉਸ ਤੋਂ ਬਾਅਦ ਉਹੀ ਜਗ੍ਹਾ ਦੇ ਉੱਤੇ ਟਿਕਟ ਮੈਂ ਛੱਡਤੀ, ਕੋਈ ਗੱਲ ਨਹੀਂ, ਬਟ ਮੈਨੂੰ ਉਹ ਫੰਕਸ਼ਨਾਂ 'ਚ ਵੀ ਬੁਲਾਉਣਾ ਇਹ ਮੁਨਾਸਿਬ ਨਹੀਂ ਸਮਝ ਰਿਹਾ। ਉਸ ਤੋਂ ਬਾਅਦ ਹੱਦ ਤਾਂ ਉਸ ਦਿਨ ਹੋ ਗਈ ਜਿਸ ਦਿਨ ਧੂਰੀ ਦਾ ਪ੍ਰੋਗਰਾਮ ਰੱਖ ਲਿਆ, ਮੈਨੂੰ ਸ਼ਾਮ ਨੂੰ ਪਤਾ ਲੱਗਿਆ ਕਿ ਕੱਲ ਨੂੰ ਖਹਿਰਾ ਸਾਹਿਬ ਧੂਰੀ ਆ ਰਹੇ ਨੇ, ਤੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ। ਉਸ ਦਿਨ ਫਿਰ ਮੈਂ ਉਹ ਨਵਾਂ ਰਾਹ ਚੁਣਨ ਵਾਲੀ ਜਿਹੜਾ ਮੈਂ ਆਪਦੀਆਂ ਲਾਈਨਾਂ ਲਿਖੀਆਂ, ਕਿਉਂਕਿ ਜਦੋਂ ਮੈਨੂੰ ਲੱਗਿਆ ਕਿ ਯਾਰ ਇਹਨਾਂ ਨੇ ਮੈਨੂੰ ਰੱਖਣਾ ਹੀ ਨਹੀਂ, ਤਾਂ ਫਿਰ ਮੈਨੂੰ ਕਿਉਂ ਨਹੀਂ ਨਵਾਂ ਰਾਹ ਚੁਣਨਾ ਚਾਹੀਦਾ, ਕਿਉਂ ਨਹੀਂ ਮੈਨੂੰ ਆਪਦੇ ਬੰਦਿਆਂ ਵਾਸਤੇ ਲੜਨਾ ਚਾਹੀਦਾ। ਇਹ ਵਫਾਦਾਰੀ ਦੀ ਗੱਲ ਕਰਦੇ ਨੇ, ਵਫਾਦਾਰੀ ਜਿਹੜੀ ਹੁੰਦੀ ਆ ਕਿ ਮੈਂ ਵਫਾਦਾਰੀ ਨਹੀਂ ਕਰੀ ਜਦੋਂ ਸਾਰੇ ਲੀਡਰ ਭੱਜ ਗਏ, ਮੈਂ ਉਦੋਂ ਲੜਿਆ, ਉਹ ਵਫਾਦਾਰੀ ਨਹੀਂ ਸੀ। ਜਦੋਂ ਮੈਂ ਨਿੱਜੀ ਤੌਰ ਤੇ ਮੇਰੇ ਭਗਵੰਤ ਸਿੰਘ ਮਾਨ ਨਾਲ, ਮੇਰੇ ਦੋਸਤਾਂ ਨਾਲ, ਮੇਰੇ ਦੋਸਤ ਸੀਗੇ ਉਹਨਾਂ ਨਾਲ, ਮੈਂ ਰਿਸ਼ਤਾ ਕਿਹਦੇ ਕਰਕੇ ਖਰਾਬ ਕਰਿਆ? ਪਾਰਟੀ ਕਰਕੇ, ਪਾਰਟੀ ਕਰਕੇ ਲੜਿਆ ਨਾ ਮੈਂ। ਉਸ ਤੋਂ ਬਾਅਦ 2022 ਦੀ ਜਿਹੜੀ ਲੋਕ ਸਭਾ ਚੋਣ ਆ ਉਹ ਮੈਂ ਲੜੀ, ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਇਹਨਾਂ ਨੇ ਇਸੇ ਤਰੀਕੇ ਨਾਲ ਜਿਹੜਾ ਮੈਨੂੰ ਧੋਖੇ 'ਚ ਰੱਖਿਆ ਕਿ ਯਾਰ ਤੈਨੂੰ ਲੜਾਵਾਂਗੇ, ਤੈਨੂੰ ਲੜਾਵਾਂਗੇ। ਤੇ ਖਹਿਰਾ ਸਾਹਿਬ ਕਹਿ ਰਹੇ ਨੇ ਕਿ ਮੈਨੂੰ ਤਾਂ 5-6 ਮਹੀਨੇ ਪਹਿਲਾਂ ਜੇਲ੍ਹ 'ਚ ਦੱਸਤਾ ਸੀ ਵੀ ਮੈਨੂੰ ਲੜਾਉਣਗੇ, ਤਾਂ ਮੈਂ ਇਹਨਾਂ ਤੋਂ ਪੁੱਛਣਾ ਚਾਹੁੰਦਾ ਕਿ ਫਿਰ ਮੈਨੂੰ ਕਿਉਂ ਨਹੀਂ ਦੱਸਿਆ ਯਾਰ? ਅਸੀਂ ਆਪਦਾ ਉਸੇ ਤਰੀਕੇ ਨਾਲ ਆਪਦਾ ਹੱਲ ਕਰ ਲੈਂਦੇ, ਅਸੀਂ ਕੋਈ ਇਹੀ ਜਿਹੀ ਚੀਜ਼ ਥੋੜ੍ਹੀ। ਜੇ ਮੈਂ ਹੁਣ ਟਿਕਟ ਮਿਲਣ ਤੋਂ ਬਾਅਦ ਵੀ ਖਹਿਰਾ ਸਾਹਿਬ ਤੁਹਾਡੀ ਮਦਦ ਕਰਨ ਨੂੰ ਤਿਆਰ ਸੀ ਤਾਂ ਮੈਂ ਪਹਿਲਾਂ ਕਿਉਂ ਨਹੀਂ ਸੀ ਹੋਣਾ? ਘੱਟੋ ਘੱਟ ਮੇਰਾ ਖਰਚਾ ਤਾਂ ਬਚ ਜਾਂਦਾ, ਅਸੀਂ ਹਰ ਰੋਜ਼ ਆਪਦਾ ਕੋਈ ਨਾ ਕੋਈ ਹੋਰ ਕੰਮ ਕਾਰ 'ਚ ਲੱਗ ਜਾਂਦੇ, ਤੇ ਤੁਸੀਂ ਛਾਤੀ ਠੋਕ ਠੋਕ ਕੇ ਕਹਿਣੇ ਹੋ ਵੀ ਮੈਂ ਨਹੀਂ ਇੱਥੇ ਆਇਆ, ਮੈਨੂੰ ਤਾਂ ਪਾਰਟੀ ਲੈ ਕੇ ਆਈ ਆ। ਤੇ ਜਿਹੜੇ ਸਾਡੇ ਵਰਗੇ ਨੇ, ਜਿਹੜੇ ਪਾਰਟੀ ਦਾ ਡਿਸਿਪਲਿਨ ਮੰਨਦੇ ਨੇ, ਕਿਉਂਕਿ ਅਸੀਂ 50,000 ਰੁਪਇਆ ਭਰ ਕੇ ਮੇਰੀ ਮਿਸਿਜ ਦੀ ਫਾਈਲ ਅਪਲਾਈ ਕਰੀ, 50,000 ਰੁਪਇਆ ਭਰ ਕੇ ਮੈਂ ਆਪਦੀ ਫਾਈਲ ਅਪਲਾਈ ਕਰੀ। ਖਹਿਰਾ ਸਾਹਿਬ ਤੋਂ ਪੁੱਛੋ ਵੀ ਇਹਨਾਂ ਨੇ ਸੰਗਰੂਰ ਲਈ ਫਾਈਲ ਅਪਲਾਈ ਕਰੀ, ਕੋਈ 1 ਵੀ ਰੁਪਇਆ ਲਾਇਆ? ਤੇ ਉਸ ਤੋਂ ਬਾਅਦ ਇਹ ਮੇਰੇ ਤੋਂ ਵਫਾਦਾਰੀ ਦਾ ਸਬੂਤ ਮੰਗਦੇ ਨੇ। ਹਾਂ, ਮੈਂ ਵਫਾਦਾਰ ਹੈਗਾ, ਪਾਰਟੀ ਨਾਲ ਵੀ ਸੀਗਾ, ਅੱਜ ਵੀ ਹੈਗਾ, ਪਰ ਅੱਜ ਮੈਂ ਦੇਖਿਆ ਕਿ ਜਿਹੜੀ ਪਿੰਡ ਤੋਂ ਬੇਬੇ ਮੇਰੀ 14 ਕਿਲੋਮੀਟਰ ਤੋਂ ਦੂਰ ਆ ਕੇ ਕੋਈ ਮੇਰੇ ਬੱਸ ਅੱਡੇ 'ਚ ਉਤਰਦੀ ਆ, ਉਹਨੂੰ ਅੱਜ ਕੰਮ ਦੀ ਜ਼ਰੂਰਤ ਆ, ਉਹਨੂੰ ਗੱਲਾਂ ਦੀ ਜ਼ਰੂਰਤ ਨਹੀਂ, ਉਹਨੂੰ ਖਹਿਰਾ ਸਾਹਿਬ ਤੁਹਾਡੇ ਵਾਂਗੂ ਭੜਕਾਊ ਭਾਸ਼ਣ ਨਹੀਂ ਦੇਣੇ ਆਉਂਦੇ।
ਉਹ ਮੇਰੇ ਤੋਂ ਕੁਛ ਉਮੀਦ ਰੱਖਦੀ ਆ ਤੇ ਮੈਂ ਉਮੀਦ ਤਾਂ ਹੀ ਪੂਰੀ ਕਰ ਸਕਦਾ ਜੇ ਮੇਰੇ ਕੋਲ ਕੁਛ ਹੋਊਗਾ। ਤੁਹਾਡੇ ਪਿੱਛੇ ਕਿਉਂ ਲੜੀ ਜਾਵਾਂ ਬਈ, ਮੈਂ ਕਿਉਂ ਲੜਾਂ? ਅੱਜ ਉਹੀ ਖਹਿਰਾ ਸਾਹਿਬ ਜਿਹੜਾ 4-5 ਦਿਨ ਪਹਿਲਾਂ ਮੁੰਡਾ ਦਲਵੀਰ ਸਿੰਘ ਗੋਲਡੀ ਤੁਹਾਨੂੰ ਆਪਦੇ ਮੁੰਡੇ ਕਰਨ ਵਰਗਾ ਲੱਗਦਾ ਸੀ, ਜਿਹਦੀ ਗੱਡੀ ਦੇ ਉੱਤੇ ਤੁਸੀਂ ਲਾਲ ਬੱਤੀ ਲਗਵਾ ਰਹੇ ਸੀ, ਉਦੋਂ ਪਿਛਲੀ ਵੀਡੀਓ ਚ ਤੁਸੀਂ ਉਹੀ ਮੁੰਡੇ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀ ਗੱਲ ਕਰ ਰਹੇ ਸੀ, ਤੇ ਅੱਜ 2 ਦਿਨਾਂ ਬਾਅਦ ਹੀ ਉਹ ਮੁੰਡਾ ਕਰਪਟ ਹੋ ਗਿਆ। ਮੈਂ 2 ਦਿਨ ਇਸ ਕਰਕੇ ਨਹੀਂ ਬੋਲਿਆ ਕਿ ਮੈਂ ਮੇਰੇ ਸਾਰੇ ਲੋਕਾਂ ਨੂੰ ਇਹਨਾਂ ਦਾ ਅਸਲੀ ਚਿਹਰਾ ਦਿਖਾਉਣਾ ਚਾਹੁੰਦਾ ਸੀ। ਮੈਂ 4 ਦਿਨ ਹੋ ਗਿਆ MLA ਹੌਸਟਲ ਚ ਬੈਠੇ ਨੂੰ, ਕਿਸੇ ਹਾਈ ਕਮਾਂਡ ਵਾਲੇ ਨੇ ਇੱਕ ਟੈਲੀਫੋਨ ਨਹੀਂ ਕਰਿਆ। ਤੇ ਜਿਹੜਾ ਇਹ ਮੈਂ ਡਿਸੀਜਨ ਲਿਆ ਨਾ, ਮੇਰੇ ਜਿਹੜੇ ਭਰਾ ਨੇ, ਭੈਣਾਂ ਨੇ, ਮੇਰੇ ਵਰਕਰ ਨੇ, ਮੇਰੇ ਨਾਲ ਚੱਲੇ ਨੇ, ਉਹਨਾਂ ਨਾਲ ਮੇਰਾ ਰਿਸ਼ਤਾ ਹਮੇਸ਼ਾ ਐਂ ਰਹੂਗਾ। ਮੇਰਾ ਉਹਨਾਂ ਨਾਲ ਵੋਟਾਂ ਦਾ ਰਿਸ਼ਤਾ ਨਹੀਂ ਹੈਗਾ, ਨਾ ਮੈਂ ਪਹਿਲਾਂ ਰੱਖਿਆ ਤੇ ਨਾ ਮੈਂ ਅੱਗੇ ਰੱਖਾਂ, ਹਰੇਕ ਦੁੱਖ ਸੁੱਖ ਚ ਮੈਂ ਹੀ ਰਹੂੰਗਾ। ਇੱਕ ਮੈਂ ਹੋਰ ਗੱਲ ਪੁੱਛਣੀ ਚਾਹੁੰਦਾ, ਖਹਿਰਾ ਸਾਹਿਬ ਤੁਸੀਂ ਭੁਲਾਥਾ ਵਾਲਿਆਂ ਨੂੰ ਧੋਖਾ ਦੇਣਾ ਚਾਹ ਰਹੇ ਹੋ ਜਾਂ ਤੁਸੀਂ ਸੰਗਰੂਰ ਵਾਲਿਆਂ ਨੂੰ ਧੋਖਾ ਦੇਣਾ ਚਾਹ ਰਹੇ ਹੋ? ਕਿਹਨੂੰ ਧੋਖਾ ਦਓਗੇ? ਦੋਨਾਂ ਚੋਂ ਇੱਕ ਨੂੰ ਤਾਂ ਧੋਖਾ ਦਓਗੇ ਨਾ, ਤੇ ਸੰਗਰੂਰ ਵਾਲੇ ਹੋਏ ਤੋਂ ਬਚ ਜਾਓ, ਇਹਨੇ ਆਪਣੇ ਚ ਲੜਾਈਆਂ ਪਵਾ ਕੇ ਮੁੜ ਕੇ ਇਹਨੇ ਲੱਭਣਾ ਨਹੀਂ। ਇਹ ਸਿਮਰਨਜੀਤ ਸਿੰਘ ਮਾਨ ਸਾਹਿਬ ਦੀਆਂ ਸਟੇਜਾਂ ਸ਼ੇਅਰ ਕਰਦਾ ਰਿਹਾ ਹੈ, ਇਹ ਜਿੱਥੇ ਵੀ 2 ਬੰਦੇ ਨੂੰ ਇਕੱਠੇ ਮਿਲਦੇ ਨੇ ਉੱਥੇ ਜਾ ਕੇ ਇਹਨੇ ਕੁਛ ਵੀ ਬੋਲਣਾ ਹੁੰਦਾ, ਸਿਰਫ ਆਪਣੀ ਵਾਹ ਵਾਹ ਖੱਟਣੀ ਹੁੰਦੀ ਆ। ਤੇ ਮੈਂ ਇੱਕ ਗੱਲ ਦੀ ਬੇਨਤੀ ਕਰਦਾ ਸਾਰੇ ਲੀਡਰਾਂ ਦਾ, ਪਿਛਲੇ 2 ਦਿਨ ਚ ਤੁਸੀਂ ਨੇ ਚਿਹਰਾ ਦੇਖ ਲਿਆ, ਮੈਂ ਕੁਛ ਨਹੀਂ ਸੀ ਬੋਲਿਆ ਕਿਉਂਕਿ ਮੇਰੇ ਮਾਂ ਪਿਓ ਨੇ, ਠੀਕ ਆ, ਮੈਂ ਕਾਨਵੈਂਟਾਂ ਚ ਨਹੀਂ ਪੜਿਆ ਖਹਿਰਾ ਸਾਹਿਬ ਤੁਹਾਡੇ ਵਾਂਗੂ, ਪਰ ਮੇਰੇ ਘਰਦਿਆਂ ਨੇ ਮੇਰੀ ਬਹੁਤ ਚੰਗੀ ਮੈਨੂੰ ਐਜੂਕੇਸ਼ਨ ਦਿੱਤੀ ਆ, ਪੰਜਾਬ ਯੂਨੀਵਰਸਿਟੀ ਤੱਕ ਪੜ੍ਹਾਇਆ ਮੈਨੂੰ, ਤੇ ਮੈਂ ਆਪਦੇ ਬੋਲਾਂ ਦੇ ਵਿੱਚ, ਮੈਂ ਆਪਦੀਆਂ ਗੱਲਾਂ ਦੇ ਵਿੱਚ ਬਹੁਤ ਤਰੀਕੇ ਨਾਲ ਗੱਲ ਕਰੂੰਗਾ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਜਿਹੀ ਜਿਹੀ ਭਾਸ਼ਾ ਚ ਮੇਰੇ ਨਾਲ ਗੱਲ ਕਰੋਗੇ ਮੈਂ ਉਹੀ ਜਿਹੀ ਭਾਸ਼ਾ ਚ ਜਵਾਬ ਦਊਂਗਾ, ਮੈਨੂੰ ਸਭ ਕੁਛ ਕਰਨਾ ਆਉਂਦਾ। ਇਹ ਮੇਰੀ ਪਹਿਲੀ ਵੀਡੀਓ ਸੀ, ਸਿਰਫ ਮੈਂ ਦੱਸਣਾ ਸੀ ਲੋਕਾਂ ਨੂੰ ਕਿ ਯਾਰ ਮੇਰੇ ਨਾਲ ਇਹਨਾਂ ਨੇ ਕਿੰਨਾ ਧੋਖਾ ਕਰਿਆ। ਅੱਜ ਉਹੀ ਵਿਚਾਰੇ ਵਰਕਰ ਨੇ ਜਿਨ੍ਹਾਂ ਦੇ ਹਰੇਕ ਦੁੱਖ ਸੁੱਖ ਚ ਮੈਂ ਹਾਜ਼ਰ ਹੋਇਆ, ਹਰੇਕ ਜਗ੍ਹਾ ਤੇ ਮੈਂ ਉਹਨਾਂ ਨਾਲ ਲੜਿਆ ਡਟਿਆ, ਚਾਹੇ ਟੋਲ ਦੀ ਗੱਲ ਹੋਵੇ, ਚਾਹੇ ਤੁਰ ਕੇ ਦਿੱਲੀ ਜਾਣ ਦੀ ਗੱਲ ਹੋਵੇ, ਅੱਜ ਉਹ ਵਿਚਾਰੇ ਤੁਹਾਡੇ ਮਗਰ ਲੱਗ ਕੇ ਕੋਈ ਮੈਨੂੰ ਗਦਾਰ ਕਹਿੰਦਾ, ਕੋਈ ਮੈਨੂੰ ਕੁਛ ਕਹਿੰਦਾ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ, ਇਹ ਚਿਹਰਾ ਤੁਹਾਡਾ ਮੈਂ ਨੰਗਾ ਕਰਨਾ ਸੀ ਉਹ ਲੋਕਾਂ ਸਾਹਮਣੇ ਵੀ ਇਹ ਕਹਿੰਦੇ ਕੀ ਨੇ ਤੇ ਕਰਦੇ ਕੀ ਨੇ। ਮਾੜਾ ਸੋਚਿਓ ਵੀ 3 ਦਿਨ ਪਹਿਲਾਂ ਵਾਲਾ ਦਲਵੀਰ ਸਿੰਘ ਗੋਲਡੀ ਜੀ ਨੇ ਤਾਂ 32 ਲੱਗ ਰਹੀ ਸੀ, ਇੱਕ ਦਿਨ ਕਿਵੇਂ ਉਹ ਕਰਪਟ ਹੋ ਗਿਆ? ਇਹ ਸੋਚਣ ਵਾਲੀਆਂ ਗੱਲਾਂ ਨੇ। ਇਹ ਮੈਨੂੰ ਪਤਾ ਜਾਂ ਮੇਰੇ ਪਰਿਵਾਰ ਨੂੰ ਪਤਾ ਵੀ ਇਹ ਕਿੰਨਾ ਫੈਸਲਾ ਔਖਾ ਲਿਆ, ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਜਿਨ੍ਹਾਂ ਨਾਲ ਮੈਂ ਲੜਿਆ ਸੀ ਨਾ ਅੱਜ ਮੇਰੀ ਉਹਨਾਂ ਨੇ ਹੀ ਬਾਂਹ ਫੜੀ ਆ, ਤੇ ਉਹਨਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਬਾਈ ਜੀ ਮੁੱਖ ਮੰਤਰੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਮੈਨੂੰ ਕੁਛ ਨਹੀਂ ਚਾਹੀਦਾ, ਮੈਂ ਤੁਹਾਡੀ ਪਾਰਟੀ ਜੁਆਇਨ ਕਰਕੇ ਅੱਜ ਮੈਂ ਵਰਕਰਾਂ ਦੀ ਕਤਾਰ ਦੇ ਵਿੱਚ ਸਭ ਤੋਂ ਲਾਸਟ ਦੇ ਵਿੱਚ ਖੜਾ ਹੋਣਾ ਮੈਨੂੰ ਮਨਜ਼ੂਰ ਆ, ਪਰ ਮੈਂ ਕਿਉਂਕਿ ਸੈਲਫ ਰਿਸਪੈਕਟ ਦੀ ਗੱਲ ਆ ਤੇ ਆਪਦੀ ਸੈਲਫ ਰਿਸਪੈਕਟ ਤੋਂ ਉੱਤੇ ਕੋਈ ਗੱਲ ਨਹੀਂ ਹੁੰਦੀ, ਤੇ ਉਹ ਸੈਲਫ ਰਿਸਪੈਕਟ ਕਰਕੇ ਮੈਨੂੰ ਸਭ ਮਨਜ਼ੂਰ ਆ, ਪਰ ਮੈਥੋਂ ਧੱਕਾ ਨਹੀਂ ਚੱਲਿਆ ਜਾਂਦਾ। ਬਹੁਤ ਪਾਰਟੀ ਚ ਸਾਡੇ ਬੰਦੇ ਨੇ ਜਿਨ੍ਹਾਂ ਦੇ ਲਗਾਤਾਰ ਮੈਨੂੰ ਕਈ ਦਿਨਾਂ ਤੋਂ ਫੋਨ ਆ ਰਹੇ ਨੇ, ਉਹਨਾਂ ਨੂੰ ਖੁਦ ਪਤਾ, ਇੱਕ ਮੇਰਾ ਸਾਥੀ ਆ ਉਹਨੇ ਇਹਨਾਂ ਨੂੰ ਕਾਲ ਕਰੀ ਵੀ ਤੁਸੀਂ ਗੋਲਡੀ ਨੂੰ ਮਨਾਉਂਦੇ ਕਿਉਂ ਨਹੀਂ,
ਉਹ ਕਹਿੰਦਾ ਬਾਈ ਜੀ ਵੀ ਮੈਂ ਤੁਹਾਨੂੰ ਸ਼ਬਦ ਨਹੀਂ ਦੱਸ ਸਕਦਾ ਵੀ ਗੱਲ ਖਤਮ, ਕਹਿੰਦਾ ਯਾਰ ਵੀ ਬਾਈ ਜੀ ਤੁਸੀਂ ਆਪਦਾ ਡਿਸੀਜਨ ਲੈ ਲਓ, ਠੀਕ ਹੈ ਨਾ। ਚੰਗੇ ਚੰਗੇ ਬੰਦਿਆਂ ਦੀਆਂ ਮੈਨੂੰ ਕਾਲਜ ਆਈਆਂ ਤਾਂ ਉਹ ਸਾਰੇ, ਪਰ ਕਿਸੇ ਨਾ ਕਿਸੇ ਨੇ ਇਹ ਸ਼ੁਰੂਆਤ ਕਰਨੀ ਸੀ। ਅੱਜ ਕੋਪਰੇਟ ਸਿਸਟਮ ਬਣਾਈ ਬੈਠੇ ਨੇ। ਮੈਨੂੰ ਗੱਲ ਦੱਸੋ ਯਾਰ, ਸੰਗਰੂਰ ਵਾਲਿਆਂ ਨੂੰ ਸੰਗਰੂਰ ਤੋਂ ਟਿਕਟ ਦਿੰਦੇ, ਉਹਨਾਂ ਨੂੰ ਆਨੰਦਪੁਰ ਸਾਹਿਬ ਕਿਉਂ ਭੇਜਿਆ? ਬਠਿੰਡੇ ਵਾਲਿਆਂ ਨੂੰ ਬਠਿੰਡੇ ਤੋਂ ਟਿਕਟ ਦਿੰਦੇ, ਉਹਨਾਂ ਨੂੰ ਲੁਧਿਆਣੇ ਕਿਉਂ ਭੇਜਿਆ? ਖਡੂਰ ਸਾਹਿਬ ਵਾਲਿਆਂ ਨੂੰ ਖਡੂਰ ਸਾਹਿਬ ਤੋਂ ਦਿੰਦੇ, ਉਹਨਾਂ ਨੂੰ ਸੰਗਰੂਰ ਕਿਉਂ ਭੇਜਿਆ? ਇਹ ਸੋਚਣ ਵਾਲੀਆਂ ਗੱਲਾਂ ਨੇ। ਮੇਰੇ ਤੋਂ ਕਦੇ ਵੀ ਕੋਈ ਗਲਤੀ ਹੋ ਗਈ ਹੋਵੇ, ਕੋਈ ਕਮੀ ਰਹਿ ਗਈ ਹੋਵੇ ਤਾਂ ਮਾਫ ਕਰਿਓ। ਇੱਕ ਮੈਂ ਗੱਲ ਹੋਰ ਕਹਿਣੀ ਚਾਹੁੰਦਾ ਵੀ ਇੱਕ ਤੁਸੀਂ ਨੇ ਉਹ ਜਿਹੜੇ ਬੁੜੇ ਜੀ ਵਾਲੀ ਵੀਡੀਓ ਦੇਖੀ ਹੋਣੀ ਆ ਤੁਸੀਂ ਨੇ, ਜਿਹੜੀ ਤੁਸੀਂ ਪਾ ਰਹੇ ਹੋ, ਠੀਕ ਆ। ਉਹ ਬੰਦੇ ਨੇ ਇੱਕ ਗਲਤੀ ਕਰੀ, ਠੀਕ ਹੈ ਨਾ, ਉਹਦੀ ਉਹਦੇ ਪਾਪਾਂ ਦਾ ਫਲ ਉਹਨੂੰ ਮਿਲ ਜੂਗਾ। ਪਰ ਅੱਜ ਜਿਹੜੀਆਂ ਤੁਸੀਂ ਸਾਰੇ ਜਣੇ ਉਹ ਵੀਡੀਓ ਦੁਬਾਰੇ ਸ਼ੇਅਰ ਕਰ ਰਹੇ ਹੋ, ਤੁਸੀਂ ਵੀ ਬਰਾਬਰ ਦੇ ਭਾਗੀਦਾਰ ਹੋ, ਬਰਾਬਰ ਦੇ। ਸੋ ਮੈਂ ਤਾਂ ਮਿਹਨਤ ਹੀ ਕਰਕੇ ਉਰੇ ਤੱਕ ਆਇਆ, ਲੜਾਈਆਂ ਲੜਕੀ ਉਰੇ ਤੱਕ ਆਇਆ, ਫਿਰ ਕੀ ਹੋ ਗਿਆ? ਸਾਰੀ ਉਮਰ ਹੋਰ ਕਰਾਂਗੇ ਲੜਾਈਆਂ ਯਾਰ।